ਪੰਜਾਬ ਵੈਦਰ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੈ ਕੇ ਹਾਜ਼ਰ ਹੋਏ ਅੰਜ ਪੰਜਾਬੀ ਖਬਰਾਂ ਦਾ ਤਾਜ਼ਾ ਬਲਟਿਨ ਤੇ ਗੱਲਬਾਤ ਕਰਦੇ ਆਂ ਜੀ ਪੰਜਾਬ ਦੀਆਂ ਮਹੱਤਵਪੂਰਨ ਖਬਰਾਂ ਦੀ ਉਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਬਾਦ ਦੇ ਆਂ ਜੀ ਹੁਣ ਦੀ ਪਹਿਲੀ ਵੱਡੀ ਖਬਰ ਦੇ ਵੱਲ ਲੋਕ ਗਾਇਕ ਸੁਰਿੰਦਰ ਸ਼ਿੰਦਾ ਦੀ ਹਾਲਤ ਨਾਜ਼ੁਕ ਹਸਪਤਾਲ ਵਿੱਚ ਭਾਰਤੀ ਕੁਝ ਦਿਨ ਪਹਿਲਾਂ ਕਰਵਾਇਆ ਸੀ ਆਪਰੇਸ਼ਨ ਤਾਂ ਦੋਸਤੋ ਪੰਜਾਬੀ ਲੋਕ ਗਾਇਕ ਸੁਰੇਂਦਰ ਸਿੰਧਾ ਦੀ ਹਾਲਤ ਨਾਜ਼ੁਕ ਬਣੀ ਹੋਈ ਆ ਤੇ ਲੁਧਿਆਣਾ ਦੇ ਮਾਡਲ ਟਾਊਨ ਵਿਖੇ ਸਤਿਥ ਦੀਪ ਹਸਪਤਾਲ ਦੇ ਵਿੱਚ ਆ ਵੈਂਟੀਲੇਟਰ ਤੇ ਹਨ ਤੇ ਇਹ ਜਾਣਕਾਰੀ ਉਹਨਾਂ ਦੇ ਨੈਦਿਕੀ ਮੱਤਰ ਤੇ ਪੰਜਾਬ ਭਾਇਪਾ ਦੇ ਕਾਰਜਕਾਰੀ ਮੈਂਬਰ ਅਮਰਜੀਤ ਸਿੰਘਾ ਟਿੱਕਣ ਦਿੱਤਾ ਤੇ ਟਿੱਕਣ ਕਹਿ ਕੇ ਸਿੰਧਾ ਨੇ ਕੁਝ ਦਿਨ ਪਹਿਲਾਂ ਲੁਧਿਆਣਾ ਦੇ ਔਰੀਸਨ ਹਸਪਤਾਲ ਤੋਂ ਛੋਟਾ ਜਿਹਾ ਆਪਰੇਸ਼ਨ ਕਰਵਾਇਆ ਸੀ ਜਿਸ ਤੋਂ ਬਾਅਦ ਉਨ੍ਹਾਂ ਦੇ ਕੰਸੀ ਕਾਨ ਇਨਫੈਕਸ਼ਨ ਹੋ ਗਿਆ ਤੇ ਹਾਲਤ ਠੀਕ ਨਾ ਹੁਣ ਕਰਕੇ ਸ਼ਿੰਦਾ ਨੂੰ ਦੀਪਾ ਹਸਪਤਾਲ ਵਿਖੇ ਭਾਰਤੀ ਕਰਵਾਇਆ ਗਿਆ ਤੇ ਜਿੱਥੇ ਉਹ ਵੈਂਟੀਲੇਟਰ ਤੇ ਹਨ ਤੇ ਉਹਨਾਂ ਨੇ ਇਹ ਕਹਿਣਾ ਹੈ ਕਿ ਸ਼ਿੰਦਾ ਦਾ ਲੋਕ ਸਭਾ ਮੈਂਬਰ ਤੇ ਰਾਜ ਗਾਇਕ ਹੰਸਰਾਜ ਹੰਸ ਵੀ ਹਾਲ ਜਾਣਨ ਆਏ ਸਨ ਅਗਲੀ ਖਬਰ ਹੈ ਲੁਧਿਆਣਾ ਦੇ ਪ੍ਰਾਈਵੇਟ ਸਕੂਲਾਂ ਦੇ ਡੀਸੀ ਦੇ ਵੱਲ ਸਖਤ ਦੇਸ਼ਨਰਦੇਸ਼ ਜਾਰੀ ਜਾਣ ਨੂੰ ਹਦਾਇਤਾਂ ਤਾਂ ਦੋਸਤੋ ਸਿੱਖਿਆ ਵਿਭਾਗ ਦੇ ਵੱਲ ਪ੍ਰਾਈਵੇਟ ਸਕੂਲਾਂ ਨੂੰ ਸਮੇਂ-ਸਮੇਂ ਤੇ ਜਾਰੀ ਹਦਾਇਤਾਂ ਤੇ ਸਕੂਲਾਂ ਸੰਚਾਲਕ ਹੋਣਾ ਬਹਾਨੇਵਾਜ਼ੀ ਨਹੀਂ ਕਰ ਸਕਣਗੇ ਕਿਉਂਕਿ ਹਣ ਜ਼ਿਲ੍ਹਾ ਸਿੱਖਿਆ ਅਫਸਰ ਡਿੰਪਲ ਮਦਾਨ ਨੇ ਸਾਰੇ ਸਕੂਲਾਂ ਦੇ ਲਈ ਈ ਪੰਜਾਬ ਪੋਰਟਲ ਤੇ ਸਕੂਲਾਂ ਦੀ ਈਮੇਲ ਆਈਡੀ ਪ੍ਰਿੰਸੀਪਲ ਦਾ ਮੋਬਾਈਲ ਨੰਬਰ ਅਤੇ ਵਟਸਐਪ ਨੰਬਰ ਅਪਡੇਟ ਕਰਨ ਦੇ ਨਿਰਦੇਸ਼ ਜਾਰੀ ਕਰ ਦਿੱਤੇ ਹਨ ਜੇਕਰ ਜ਼ੁਗਾ ਕੇ ਕਿ ਕਈ ਸਕੂਲਾਂ ਦੇ ਵਿਭਾਗ ਦੇ ਵੱਲੋਂ ਸਮੇਂ-ਸਮੇਂ ਤੇ ਆਉਂਦੀਆਂ ਹਦਾਇਤਾਂ ਦੇ ਪਾਲਣਾ ਨਹੀਂ ਕੀਤੀ ਜਸਤੇ ਵਿਭਾਗੇ ਨੋਟਿਸ ਵਿੱਚ ਇਹ ਗੱਲ ਸਾਹਮਣੇ ਆਈ ਸੀ ਕਿ ਸਕੂਲਾਂ ਮੁਕੰਗਾਣੇ ਵਿਭਾਗ ਦੇ ਵੱਲੋਂ ਭੇਜੀਆਂ ਗਈਆਂ ਕਿਸੇ ਵੀ ਤਰ੍ਹਾਂ ਦੀਆਂ ਹਦਾਇਤਾਂ ਤੋਂ ਅਣਜਾਣਤਾ ਪ੍ਰਗਟਾਈ ਆ ਜਿਸ ਤੋਂ ਬਾਅਦ ਅਕਤ ਹਦਾਇਤਾਂ ਡੀਸੀ ਦੇ ਵੱਲੋਂ ਜਾਰੀ ਕੀਤੀਆਂ ਗਈਆਂ ਹਨ ਅਗਲੀ ਖਬਰ ਦੇ ਵੱਲ ਵਧਣ ਤੋਂ ਪਹਿਲਾਂ ਜਿਹੜੇ ਸਰੋਤੇ ਵੀਰ ਸਾਡੇ ਨਾਲ ਚੈਨਲ ਤੇ ਨਵੇਂ ਜੁੜੇ ਹੰਤੇ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦਿੱਤੇ ਘੰਟੇਲ ਬਟਨ ਨੂੰ ਦਬਕੇ ਆਲ ਤੇ ਕਲਿੱਕ ਕਰ ਲੈਣ ਤਾਂ ਜੋ ਆਉਣ ਵਾਲੀਆਂ ਵੀਡੀਓ ਦੇ ਨੋਟੀਫਿਕੇਸ਼ਨ ਆ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਜੇਲ੍ਹ ਅੰਦਰੋਂ ਹੀ ਅਮਰਤ ਪਾਲ ਸਿੰਘ ਦੇ ਇੱਕ ਸਾਥੀ ਨੇ ਅਮਰਤ ਸਰ ਦੇ ਡੀਸੀ ਖਿਲਾਫ ਖੋਲਿਆ ਮੋਰਚਾ ਤਾਂ ਦੋਸਤੋ ਐਨਐਸਏ ਦੇ ਤਹਿਤ ਅਸਾਮ ਦੇ ਡਿਬਰਗੜ੍ਹ ਜੇਲ੍ਹ ਦੇ ਵਿੱਚ ਬੰਦ ਅਮਰਤ ਪਾਲ ਸਿੰਘ ਦੇ ਇੱਕ ਸਾਥੀ ਨੇ ਜੇਲ੍ਹ ਦੇ ਅੰਦਰੋਂ ਹੀ ਅਮਰਤ ਸਰ ਦੇ ਡੀਸੀ ਖਿਲਾਫ ਮੋਰਚਾ ਖੋਲ੍ਹ ਦਿੱਤਾ ਬਾਰਸ ਪੰਜਾਬ ਦੇ ਜਥੇਬੰਦੀਆਂ ਦੇ ਮੁਖੀ ਅਮਰਤ ਪਾਲ ਸਿੰਘ ਦੇ ਨਾਲ ਜੇਲ੍ਹ ਦੇ ਵਿੱਚ ਬੰਦ ਉਹਨਾਂ ਦੇ ਸਾਥੀ ਗੁਰਿੰਦਰ ਪਾਲ ਸਿੰਘ ਔਰਪਾ ਗੁਰੂ ਔਜਲਾ ਨੇ ਅਮਰਸਰ ਦੇ ਡੀਸੀ ਖਿਲਾਫ ਇੱਕ ਪਟੀਸ਼ਨ ਦਾਇਰ ਕੀਤੀ ਹੈ ਗੁਰਿੰਦਰਪਾਲ ਸਿੰਘ ਔਰ ਭਾ ਗੁਰੂ ਔਜਲਾ ਨੇ ਅਮਰਸਰ ਦੇ ਡੀਸੀ ਖਿਲਾਫ ਹਾਈ ਕੋਰਟ ਦੇ ਆਦੇਸ਼ਾਂ ਦੀ ਪਾਲਣਾ ਨਾ ਕਰਨ ਦੇ ਇਲਜ਼ਾਮ ਲਾਇਆ ਹੰ ਤੇ ਗੁਰਿੰਦਰਪਾਲ ਸਿੰਘ ਔਰ ਭਾ ਗੁਰੂ ਔਜਲਾ ਨੇ ਪਟੀਸ਼ਨ ਵਿੱਚ ਕਿਹਾ ਹੈ ਕਿ ਉਹਦੇ ਵਕੀਲ ਨੇ ਉਸ ਨੂੰ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਮਿਲਣ ਦੀ ਇਜਾਜ਼ਤ ਅਮਰਸਰ ਦੇ ਡੀਸੀ ਕੋਲ ਮੰਗੀ ਸੀ ਅਮਰਸਰ ਦੇ ਡੀਸੀ ਨੇ ਗੁਰੂ ਆਇਲਾ ਦੇ ਵਕੀਲ ਨੂੰ ਮਿਲਣਾ ਸਬੰਧੀ ਇਜਾਜ਼ਤ ਨਹੀਂ ਦਿੱਤੀ ਅੰਮ੍ਰਿਤਸਰ ਡੀਸੀ ਦੇ ਇਸ ਫੈਸਲੇ ਖਿਲਾਫ ਗੁਰਿੰਦਰਪਾਲ ਸਿੰਘ ਅਰਫਾ ਗੁਰੂ ਆਇਲਾ ਨੇ ਪਟੀਸ਼ਨ ਦਾਇਰ ਕਰਕੇ ਕਿਹਾ ਹੈ ਕਿ ਡੀਸੀ ਨੇ ਹਾਈ ਕੋਰਟ ਦੇ ਆਦੇਸ਼ਾਂ ਦੀ ਉਲੰਘਣਾ ਕੀਤੀ ਹੈ ਗੁਰੂ ਆਇਲਾ ਨੇ ਕਿਹਾ ਹੈ ਕਿ ਮੇਰੇ ਵਕੀਲ ਨੇ ਜਿਲ੍ਹੇ ਵਿੱਚ ਮੇਰੇ ਨਾਲ ਮੁਲਾਕਾਤ ਕਰਨੀ ਸੀ ਅਤੇ ਸਾਡੇ ਬਰਧ ਅਲੱਗੇ ਐਨਐਸਏ ਨੂੰ ਚੁਣੌਤੀ ਦੇਣ ਨਾਲ ਸੰਬੰਧੀ ਅਗਲੀ ਕਾਰਵਾਈ ਬਾਰੇ ਗੱਲਬਾਤ ਕਰਨੀ ਸੀ ਅਗਲੀ ਖਬਰ ਹੈ ਗੈਂਗਸਟਰ ਲారెنس ਬਿਸ਼ਨੋਈ ਦੇ ਵਿਗੜੇ ਹਾਲਤ ਜੇਲ੍ਹ ਤੋਂ ਫਰੀਦਕੋਟ ਹਸਪਤਾਲ ਵਿਖੇ ਰੈਫਰ ਤਨ ਦੋਸਤੋ ਮਰਹੂਮਾ ਪੰਜਾਬੀ ਗਾਇਕ ਸਦਮੂਸ ਸੇਵਾਲਾ ਕਤਲ ਕਾਂਡ ਦੇ ਮੌਕਾ ਦੋਸ਼ੀ ਗੈਂਗਸਟਰ ਲారెنس ਬਿਸ਼ਨੋਈ ਦੀ ਸਿਹਤ ਵਿਗੜ ਗਿਆ ਜੇਲ੍ਹ ਦੇ ਵਿੱਚ ਇਲਾਜ ਤੋਂ ਬਾਅਦ ਹੁਣ ਉਸ ਨੂੰ ਸਰਕਾਰੀ ਮੈਡੀਕਲ ਕਾਲਜ ਫਰੀਦਕੋਟ ਵਿੱਚ ਦਾਖਲ ਕਰਵਾਇਆ ਗਿਆ ਹੈ ਡਾਕਟਰਾਂ ਦੀ ਟੀਮ ਦੇ ਵੱਲੋਂ ਦਾ ਇਲਾਜ ਕੀਤਾ ਜਾ ਰਿਹਾ ਹੈ ਤੇ ਹਾਸਲ ਹੈ ਜਾਣਕਾਰ ਦੇ ਅਨੁਸਾਰ ਦੇ ਰਾਤ ਲਾਰੈਂਸ ਬਸ਼ਨੋਈ ਦੀ ਸਿਹਤ ਵਿਗੜ ਗਈ ਇਸ ਤੋਂ ਬਾਅਦ ਜ਼ਿਲ੍ਹਾ ਹਸਪਤਾਲ ਦੇ ਵੱਲੋਂ ਉਸ ਨੂੰ ਫ੍ਰੀ ਰਿਕੋਰਟਾ ਮੈਡੀਕਲ ਕਾਲਜ ਹਸਪਤਾਲ ਰੈਫਰ ਕਰ ਦਿੱਤਾ ਗਿਆ ਤੇ ਦੇ ਰਾਤ ਉਸ ਨੂੰ ਸੁਰੱਖਿਆ ਘੇਰੇ ਹਟਾ ਹਸਪਤਾਲ ਲਿਜਾਇਆ ਗਿਆ ਲਾਰੈਂਸ ਦੇ ਆਲੇ-ਦੁਆਲੇ ਸੁਰੱਖਿਆ ਸਖਤ ਕਰ ਦਿੱਤੀ ਗਿਆ ਤੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣ ਤੋਂ ਬਾਅਦ ਪੁਲਿਸ ਆ ਖਤਰਾ ਨਹੀਂ ਉਠਾਉਣਾ ਚਾਹੁੰਦੇ ਅਤੇ ਸਿਰਫ 92 ਲੋਕਾਂ ਨੂੰ ਉਸ ਦੇ ਆਲੇ-ਦੁਆਲੇ ਆਉਣ ਦੀ ਇਜਾਜ਼ਤ ਦਿੱਤੀ ਗਈ ਹੈ ਅਗਲੀ ਵੱਡੀ ਖਬਰ ਤੁਸੀਂ ਬਾਨਾ ਟੁੱਟਣ ਦੇ ਕਾਰਨ ਸ਼ਾਹਕੋਟ ਦੇ ਇਲਾਕੇ ਦੇ ਵਿੱਚ ਦਾਖਲ ਹੋਇਆ ਪਾਣੀ 50 ਪਿੰਡਾਂ ਨੂੰ ਖਾਲੀ ਕਰਵਾਉਂਦੇ ਨਿਰਦੇਸ਼ ਪੰਜਾਬ ਦੇ ਵਿੱਚ ਆ ਬੀਤੇ ਦਿਨਾਂ ਤੋਂ ਪਏ ਲਗਾਤਾਰ ਮੀਂਹ ਨੇ ਭਾਰੀ ਤਬਾਹੀ ਮਚਾ ਦਿੱਤੀ ਹੈ ਪਹਾੜੀ ਖੇਤਰਾਂ ਤੋਂ ਲੈ ਕੇ ਮੈਦਾਨੀ ਖੇਤਰਾਂ ਤੱਕ ਹਰ ਪਾਸੇ ਜਲ-ਥਲ ਹੋਇਆ ਪਿਆ ਹੁਣ ਪੰਜਾਬ ਵਿੱਚ ਸਤਲੁਜਾ ਦਰਿਆ ਦੇ ਨਾਲ ਨਾਲ ਜਲੰਧਰ ਦੇ ਸ਼ਾਹਕੋਟ ਸਾਵਰ ਡਿਵੀਜ਼ਨ ਦੇ ਲੋਹੀਆਂ ਇਲਾਕੇ ਦੇ ਵਿੱਚ ਦੋਵੇਂ ਥਾਮਾਂ ਤੇ ਤੁਸੀਬਾਨ ਟੁੱਟਣ ਦੀ ਸੂਚਨਾ ਮਿਲੀ ਹੈ। ਲੋਕਾਂ ਦੱਸਿਆ ਕਿ ਤੁਸੀਬਾਨ ਵਿੱਚ ਦੋ ਥਾਮਾਂ ਤੇ ਪਾੜ ਪਿਆ ਤੇ ਜਿਸ ਕਾਰਨ ਪਾਣੀ ਪਿੰਡਰ ਦੇ ਵਿੱਚ ਦਾਖਲ ਹੋਣਾ ਸ਼ੁਰੂ ਹੋ ਗਿਆ ਤੇ ਇਸ ਦੇ ਨਾਲ ਹੀ ਐਨਡੀਆਰਐਫ ਦੀ ਟੀਮ ਨੇ ਬੁਲੂ ਲੋਕਾਂ ਨੂੰ ਕੱਢਣ ਦੇ ਲਈ ਦਿ ਰਾਤ ਤੋਂ ਮੁਹਿੰਮ ਜਾਰੀ ਹੈ। ਦੇਖਦੇ ਹੀ ਦੇਖਦੇ ਪਾਣੀ ਦੇ ਤੇਜ਼ ਬਹਾਅ ਦੇ ਵਿੱਚ ਰੜ ਗਿਆ 24 ਸਾਲਾ ਨੌਜਵਾਨ। ਜਿਆਨ ਦੋਸਤੋ ਭਾਰੀ ਮੀਂਹ ਨੇ ਹਰ ਪਾਸੇ ਤਬਾਈ ਮਚਾਈ ਹੋਈ ਹੈ ਤੇ ਹਦਾ ਅਸਲਾ ਜਲੰਧਰ ਦੇ ਲੋਹਿਆਂ ਦੇ ਵਿੱਚ ਵੀ ਦੇਖਣ ਨੂੰ ਮਿਲਿਆ ਜਿੱਥੇ ਇੱਕ 24 ਸਾਲਾ ਨੌਜਵਾਨ ਪਾਣੀ ਦੇ ਤੇਜ਼ ਵਹਾਅ ਦੇ ਲਪੇਟ ਵਿੱਚ ਆ ਗਿਆ ਤੇ ਉਸ ਤੋਂ ਨੌਜਵਾਨ ਦੀ ਪਛਾਣ ਅਰਸ਼ਦੀਪ ਵਜੋ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਫਸਿਆ ਅਰਸ਼ਦੀਪ ਆਪਣੀ ਬਾਈਕ ਨੂੰ ਬਾਹਰ ਕੱਢਦੇ ਸਮੇਂ ਰੁੜ ਗਿਆ ਬਾਈਕ ਤਾਂ ਮਿਲ ਗਿਆ ਪਰ ਉਸ ਤੋਂ ਨੌਜਵਾਨ ਲਾਪਤਾ ਹੋ ਗਿਆ ਤੇ ਜਿਹਦੀ ਪ੍ਰਸ਼ਾਸਨ ਦੇ ਵੱਲੋਂ ਭਾਲ ਕੀਤੇ ਜਾ ਰਿਹਾ ਦੱਸ ਰਿਹਾ ਹੈ ਕਿ ਮੀਂਹ ਦੇ ਕਾਰਨ ਕਾਗਰਾ ਤੇ ਸਤਲਜਾ ਦਰਿਆਵਾਂ ਦੇ ਨਾਲ-ਨਾਲ ਸਰਹੰਦਾ ਨਹਿਰ ਦੇ ਵਿੱਚ ਪਾਣੀ ਦਾ ਪੱਧਰ ਅਚਾਨਕ ਵਧਣ ਦੇ ਕਾਰਨ ਜਿਲ੍ਹਿਆਂ ਦੇ ਵਿੱਚ ਸਥਿਤੀ ਬਿਕਾਬੂ ਹੋ ਗਈ ਹੈ ਫਰੀਦਕੋਟ ਦੇ ਵਿੱਚ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਮੁੱਠਪੇੜਾ ਬੰਬੀਹਾ ਗਰੁੱਪ ਦੇ ਦੋ ਗੁਰਗੇ ਗ੍ਰਫਤਾਰ ਤਾਂ ਦੋਸਤੋ ਫਰੀਦਕੋਟ ਦੇ ਸੀਆਈਏ ਸਟਾਫ ਨੇ ਇਥੋਂ ਦੇ ਪਿੰਡ ਬੀੜਾ ਸਿੱਖਾਂ ਵਾਲਾ ਨੇੜੇ ਸੋਮਵਾਰ ਦੇਰ ਸ਼ਾਮ ਇੱਕ ਕਮ ਕਾਬਲੇ ਤੋਂ ਬਾਅਦ ਬੰਬੀਹਾ ਗੈਂਗ ਦੇ ਦੋ ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਹੈ ਪੁਲਿਸ ਦੀ ਗੋਲਾਬਾਰੀ ਦੇ ਵਿਚ ਇੱਕ ਦੇ ਲੱਤ ਵਿੱਚ ਗੋਲੀ ਲੱਗੇ ਹੈ ਜਿਸ ਦੇ ਕਾਰਨ ਉਸ ਨੂੰ ਗੁਰੂ ਗੋਬਿੰਦ ਸਿੰਘਾ ਮੈਡੀਕਲ ਕਾਲਜ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਤੇ ਇਹ ਦੋਵੇਂ ਮੁਲਜ਼ਮਾਂ ਕੈਦ ਹਨ ਪਹਿਲਾਂ ਜੈਤੋ ਦੇ ਰਾਮਲੀਲਾ ਗਰਾਊਂਡ ਦੇ ਵਿੱਚ ਹਵਾਈ ਫਾਇਰਿੰਗ ਦੇ ਮਾਮਲੇ ਦੇ ਵਿੱਚ ਪੁਲਿਸ ਨੂੰ ਲੋੜੀ ਦੇ ਸਨ ਗੈਂਗਸਟਰ ਨੇ 5 ਲੱਖ ਦੀ ਫਰौती ਮੰਗੀ ਸੀ ਜਕਰਜੁਗ ਹੈ ਕਿ ਕੁਇਦਨ ਪਹਿਲਾਂ 6 ਜੁਲਾਈ ਦੇ ਦੁਪਹਿਰ ਨੂੰ ਜੈਤੂ ਦੇ ਰਾਮਲੀਲਾ ਮੈਦਾਨ ਦੇ ਵਿੱਚ ਤਿੰਨ ਨਕਾਬ ਪੋਸ਼ਾ ਬਾਈਕਸ 'ਤੇ ਬਾਰ ਹਵਾ ਬੈਚਾ ਗੋਲੀਆਂ ਚਲਾਉਂਦੇ ਹੋਏ ਫਰਾਰ ਹੋ ਗਏ ਸਨ ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਜੈਤੂ ਦੇ ਰਹਿਣ ਵਾਲੇ ਇੱਕ ਆ ਵਪਾਰੀ ਤੋਂ 5 ਲੱਖ ਰੁਪਏ ਦੀ ਫਰौती ਮੰਗੀ ਗਈ ਸੀ ਪਰ ਫਰौती ਮੰਗਨ ਤੇ ਵਿਅਕਤੀ ਨੇ ਦੋਸ਼ੀਆਂ ਦਾ ਫੋਨ ਚੁੱਕਣਾ ਬੰਦ ਕਰ ਦਿੱਤਾ ਜਿਸ ਦੇ ਕਾਰਨ ਉਨਾ ਨੇ ਰਾਮਲੀਲਾ ਗਰਾਊਂਡ ਦੇ ਵਿੱਚ ਆ ਵਿਅਕਤੀ ਨੂੰ ਡਰੋਨ ਉੱਤੇ ਮੁਕਾਉਣ ਦੇ ਮਕਸਦ ਦੇ ਨਾਲ ਹਵਾ ਦੇ ਵਿੱਚ ਫਾਇਰਿੰਗ ਕਰ ਦਿੱਤੀ। ਅਗਲੀ ਖਬਰ ਆ ਅਮਰੀਕਾ ਨੂੰ ਪਛਾੜ ਭਾਰਤ ਬਣੇਗਾ ਦੂਜਾ ਸਭ ਤੋਂ ਵੱਡਾ ਅਰਥਵਿਵਸਥਾ ਵਾਲਾ ਦੇਸ਼। ਤਾਂ ਦੋਸਤੋ ਦੁਨੀਆ ਦੇ ਵਿੱਚ ਇਸ ਸਮੇਂ ਜੇ ਕੋਈ ਦੇਸ਼ ਸਭ ਤੋਂ ਵੱਧ ਉੱਭਰ ਕੇ ਆ ਰਿਹਾ ਤਾਂ ਉਹ ਹੈ ਭਾਰਤ। ਹਰ ਕੋਈ ਕਹਿ ਰਿਹਾ ਕਿ ਭਾਰਤ ਛੇਤੇ ਦੁਨੀਆ ਦੇ ਟੌਪ ਤਿੰਨ ਪਾਵਰਫੁਲ ਦੇਸ਼ਾਂ ਦੇ ਵਿੱਚ ਸ਼ਾਮਲ ਹੋਵੇਗਾ। ਜਿੰਨੇ ਵੀ ਵੱਡੇ ਦੇਸ਼ਾਂ ਤੇ ਉਹਨਾਂ ਦੇ ਵਿੱਚ ਸਭ ਤੋਂ ਤੇਜ਼ੀ ਦੇ ਨਾਲ ਭਾਰਤ ਦੀ ਅਰਥਵਿਵਸਥਾ ਦੀ ਗਰੋਥ ਹੋ ਰਹੀ ਆ ਹੁਣਾ ਦੁਨੀਆ ਦੇ ਦੇਖ ਗਾਜਾ ਅਨਵੈਸਟਮੈਂਟ ਬੈਂਕਾ ਗੋਲਡਮੈਨ ਸਾਖਸ਼ ਨੇ ਵੱਡੀ ਭਵਿੱਖਬਾਣੀ ਜਾਰੀ ਕਰ ਦਿੱਤੀ ਆ ਗੋਲਡਮੈਨ ਸਾਖਸ਼ ਨੇ ਕਿਹਾ ਕਿ ਭਾਰਤ ਦੀ ਅਰਥਵਿਵਸਥਾ ਸਾਲ 2075 ਤੱਕ ਅਮਰੀਕਾ ਯੂਐਸ ਨੂੰ ਪਛਾੜ ਦੇਵੇਗੀ ਇਸ ਤਰ੍ਹਾਂ ਇਹ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਜਾਵੇਗੀ ਪਹਿਲੇ ਨੰਬਰ ਤੇ ਹੋਵੇਗਾ ਚੀਨ ਜਨਸੰਖਿਆ ਦੇ ਮਾਮਲੇ ਦੇ ਵਿੱਚ ਦਿਖ ਗਿਆ ਤਾਂ ਭਾਰਤ ਨੇ ਚੀਨ ਨੂੰ ਪਿੱਛੇ ਛੱਡ ਦਿੱਤਾ 1.4 ਅਰਬ ਲੋਕਾਂ ਦੇ ਨਾਲ ਭਾਰਤ ਦੁਨੀਆ ਵਿੱਚ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਬਣ ਗਿਆ ਹੈ। ਅਗਲੀ ਖਬਰ ਹੈ ਜੀਐਸਟੀ ਕੌਂਸਲ ਦੀ ਮੀਟਿੰਗ ਦੇ ਵਿੱਚ ਨਰਮਲਾ ਸੀਤਾਰਾਮਨ ਦੇ ਨਾਲ ਭਿੜੇ ਦਿੱਲੀ ਅਤੇ ਪੰਜਾਬ ਦੇ ਵਿੱਤ ਮੰਤਰੀ। ਜਿਵੇਂ ਦੋਸਤੋ ਜੀਐਸਟੀ ਕੌਂਸਲ ਦੀ ਮੀਟਿੰਗ ਵਿੱਚ ਮੰਗਲਵਾਰ ਅੱਜ 11 ਜੁਲਾਈ ਨੂੰ ਪੰਜਾਬ ਅਤੇ ਦਿੱਲੀ ਦੇ ਵਿੱਤ ਮੰਤਰੀਆਂ ਦੇ ਕੇਂਦਰੀ ਮంత్రి ਨਰਮਲਾ ਸੀਤਾਰਮਨ ਦੇ ਨਾਲ ਬਹਿਸ ਹੋ ਗਈ ਮੀਟਿੰਗ ਦੇ ਦੌਰਾਨ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਦਿੱਲੀ ਦੇ ਵਿੱਤ ਮੰਤਰੀ ਆਤੇਸ਼ੀ ਮਰਲੇਨਾ ਨਰਮਲਾ ਸੀਤਾਰਮਨ ਦੇ ਨਾਲ ਪੜ ਗਏ ਤੇ ਇਨ੍ਹਾਂ ਦੋਵਾਂ ਸੁਭਨ ਵਿਚ ਆਮ ਆਦਮੀ ਪਾਰਟੀ ਸੱਤਾ ਦੇ ਵਿਚ ਮੀਟਿੰਗ ਦੇ ਵਿਚ ਚੱਲਿਆ ਜਾ ਸਕਦਾ ਵੱਡਾ ਫੈਸਲਾ ਜੀਐਸਟੀ ਕੌਂਸਲ ਦੇ ਇਸ ਮੀਟਿੰਗ ਦੇ ਵਿਚ ਆਨਲਾਈਨ ਗੇਮਿੰਗ ਤੇ ਟੈਕਸ ਇੰਪੋਰਟ ਟੈਕਸ ਆ ਕ੍ਰੈਡਿਟ ਦਾ ਦਾਵਾ ਕਰਨ ਦੇ ਲਈ ਨੈਮਾ ਨੂੰ ਸਖਤ ਕਰਨ ਬਾਰੇ ਵਿਚਾਰ ਕੀਤਾ ਜਾ ਸਕਦਾ ਹੈ ਇਸ ਤੋਂ ਇਲਾਵਾ ਖਣ ਪੀਣ ਦੀਆਂ ਵਸਤੂਆਂ ਨੂੰ ਸਸਤਨਾ ਕਰਨ ਅਤੇ ਕੈਂਸਰ ਦੇ ਇਲਾਜ ਵਿੱਚ ਵਰਤੀ ਜਾਣ ਵਾਲੀ ਦਵਾਈ ਡੀਨੋਟੂ ਕੈਸ ਮੈਪ ਤੇ ਟੈਕਸਾ ਸ਼ੂਟ ਤੇ ਵੀ ਫੈਸਲਾ ਲਈ ਜਾਂਦੀ ਉਮੀਦ ਹੈ ਅਧਿਕਾਰੀਆਂ ਦੀ ਪੋਸਟਿੰਗ ਟਰਾਂਸਫਰ ਤੇ ਕੇਂਦਰ ਅਤੇ ਆਪ ਸਰਕਾਰ ਵਿਚਕਾਰ ਹੋਇਆ ਵਿਵਾਦ ਉੱਥੇ ਦਿਲੇ ਦੇ ਵਿੱਚ ਸਰਕਾਰੀ ਅਧਿਕਾਰੀਆਂ ਦੀਆਂ ਤਣਾਤਿਆਂ ਤੇ ਤਵਾਦ ਲਿਆ ਨੂੰ ਲੈ ਕੇ ਕੇਂਦਰਾ ਤੇ ਆਪ ਸਰਕਾਰ ਵਿਚਾਲੇ ਵਿਵਾਦ ਚੱਲ ਰਿਹਾ ਹੈ ਇਸ ਮਾਮਲੇ ਦੇ ਵਿੱਚ ਦਲਿਤ ਸਰਕਾਰ ਨੇ ਸੁਪਰੀਮ ਕੋਰਟ ਦੇ ਵਿੱਚ ਇਹ ਪਟੀਸ਼ਨ ਦਾਇਰ ਕਰਕੇ ਕੇਂਦਰ ਦੇ ਆਰਡੀਨੈਂਸ ਨੂੰ ਚੁਣੌਤੀ ਦਿੱਤੀ ਹੈ ਜਿਸ ਤੇ ਸੁਣਵਾਈ ਚੱਲ ਰਹੀ ਹੈ ਪੰਜਾਬ 'ਚ ਹੋ ਰਹੀ ਹੈ ਰਾਸ਼ਨ ਕਾਰਡ ਨੇ ਵੱਡੇ ਪੱਧਰ ਤੇ ਸਨਾਖਤ ਜਿਵੇਂ ਉਸ ਤੋਂ ਪੰਜਾਬ ਸਰਕਾਰ ਦੇ ਵੱਲੋਂ ਖਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਰਾਹੀਂ ਚਲਾਈ ਜਾਂਦੀ ਸਮਾਰਟ ਰਾਸ਼ਨ ਕਾਰਡ ਸਕੀਮ ਦੇ ਕਾਰਡ ਧਾਰਕਾਂ ਦੀ ਪੜਤਾਲ ਦਾ 93 ਫੀਸਦੀ ਕੰਮ ਮੁਕੰਮਲ ਕਰ ਲਿਆ ਗਿਆ ਪੰਜਾਬ ਦੇ ਵਿੱਚ ਕੁੱਲ 40 ਲੱਖ 86 ਹਜ਼ਾਰ ਰਾਸ਼ਨ ਕਾਰਡ ਹਨ ਜਿਨ੍ਹਾਂ ਵਿੱਚ ਸਰਕਾਰ ਦੇ ਵੱਲੋਂ 286000 ਆਯੋਗਾ ਪਾਏਗੇ ਰਾਸ਼ਨ ਕਾਰਡ ਰੱਦ ਕਰ ਦਿੱਤੇ ਗਏ ਹਨ ਇਨ੍ਹਾਂ ਕਾਰਡਾਂ ਦੇ 14 ਲੱਖ ਲਾਪਾਤਰੀਆਂ ਨੂੰ ਹੁਣ ਆਮਤਾ ਰਾਸ਼ਨ ਮਿਲਣਾ ਬੰਦ ਹੋ ਜਾਵੇਗਾ ਪੜਤਾਲ ਦੇ ਦੌਰਾਨ ਬਹੁਤੇ ਰਸੂਖ ਬਾਣ ਨਿਕਲੇ ਹਨ ਜੋ ਕਿ ਸਮਾਰਟ ਰਾਸ਼ਨ ਸਕੀਮ ਦੀਆਂ ਸ਼ਰਤਾਂ ਪੂਰੀਆਂ ਨਹੀਂ ਕਰਦੇ ਹਨ ਪਰ ਉਹ ਰਾਸ਼ਨ ਲੈ ਰਹੇ ਸੰਤੇ ਉਹ ਲੋਕ ਨਜਾਇਜ਼ਾ ਢੰਗ ਦੇ ਨਾਲ ਰਾਸ਼ਨ ਕਾਰਡ ਬਣਾ ਕੇ ਗਰੀਬਾਂ ਲੋਕਾਂ ਦੇ ਹਿੱਸੇਦਾਰਾ شناਖਾਰੇ ਸਨ ਤੇ ਇਹਨਾਂ ਨੇ ਅਫਸਰਾਂ ਤੇ ਪੰਚਾਇਤਾਂ ਦੇ ਨਾਲ ਮਿਲ ਕੇ ਮਿਲੀ ਭਗਤ ਰਾਹੀਂ ਅਯੋਗਾ ਰਾਸ਼ਨ ਕਾਰਡ ਬਣਾਏ ਹੋਏ ਸਨ ਤੇ ਇਹ ਰਾ ਸਮਾਰਟ ਰਾਸ਼ਨ ਕਾਰਡ ਸਕੀਮ ਦੇ ਅਧੀਨ ਬਣੇ ਰਾਸ਼ਨ ਕਾਰਡ 15 ਜੂਨ 2016 ਨੂੰ ਅਸਮੇ ਦੇ ਖਰਾਕਤੇ ਸਬਲ ਸਪਲਾਈ ਮੰਤਰੀ ਆਦੇਸ਼ ਪ੍ਰਤਾਪ ਸੰਘਾ ਕੈਰੋਂ ਦੇ ਦਸਤਕਤਾਂ ਦੇ ਨਾਲ ਜਾਰੀ ਹੋਏ ਸਨ ਤੇ ਜਿਨ੍ਹਾਂ ਨੂੰ ਜਾਰੀ ਹੋਇਆ 7 ਸਾਲ ਦੇ ਲਗਭਗ ਸਮਾਂ ਹੋ ਚੁੱਕਿਆ ਤੇ ਉਹਨਾਂ ਨੂੰ ਹਨ ਰੱਦ ਕੀਤਾ ਗਿਆ ਹੈ। ਅਗਲੀ ਖਬਰ ਹੜ੍ਹ ਵਰਗੇ ਹਾਲਾਤਾਂ ਦੇ ਮੱਦੇਨਜ਼ਰ ਸਰਕਾਰ ਨੇ ਮੁਲਾਜ਼ਮਾਂ ਦੀਆਂ ਛੁੱਟੀਆਂ ਕੀਤਾਆਂ ਰੱਦ। ਮਾਲ ਵਿਭਾਗ ਦਾ ਕਾਨੂੰਗੋ ਮੁੱਤਲ। ਤਾਂ دوستੋ ਪੰਜਾਬ ਦੇ ਵਿੱਚ ਭਾਰੀ ਮੀਂਹ ਚੱਲਦਿਆਂ ਹੜ੍ਹ ਵਰਗੀ ਸਥਿਤੀ ਬਣੀ ਹੋਈ ਹੈ। ਮੌਸਮ ਵਿਭਾਗ ਦੇ ਵੱਲੋਂ ਸਵੇਰੇ ਵਜੇ ਰੈਡ ਅਲਰਟ ਜਾਰੀ ਕੀਤਾ ਗਿਆ ਹੈ। ਹਾਲਾਤਾਂ ਨੂੰ ਦੇਖਦੇ ਹੋਏ ਸਰਕਾਰ ਨੇ ਮੁਲਾਜ਼ਮਾਂ ਦੀਆਂ ਛੁੱਟੀਆਂ ਤੱਕ ਰੱਦ ਕਰ ਦਿੱਤੀਆਂ ਹਨ ਤੇ ਇਸ ਦੇ ਨਾਲ ਹੀ ਡਿਊਟੀ ਬੈਚ ਕਤਾਹੀ ਵਰਤਨ ਵਾਲਿਆਂ ਦੇ ਬਰਾਦ ਸਾਖਤੀ ਵਰਤੇ ਜਾ ਰਿਆ ਸਮਰਾਲਾ ਵਿਖੇ ਮਾਲ ਵਿਭਾਗ ਦੇ ਇੱਕ ਕਾਨੂੰਗੋ ਨੂੰ ਮਤਲਅ ਕਰ ਦਿੱਤਾ ਗਿਆ ਮਿਲੀ ਜਾਣਕਾਰੀ ਦੇ ਅਨੁਸਾਰ ਸਮਰਾਲਾ ਦੇ ਵਿੱਚ ਤੈਨਾਤ ਸੁਭਰਨਜੀਤ ਸੰਘਾ ਡੀਸੀ ਦੇ ਹੁਕਮਾਂ ਦੇ باوجود ਡਿਊਟੀ ਤੇ ਨਹੀਂ ਆਏ ਇਸ ਲਾਪਰਵਾਹੀ ਦੇ ਕਾਰਨ ਹੜ ਦੇ ਨਾਲ ਨਿਯਠਣ ਦੇ ਲਈ ਲੋੜੀਂਦੀਆਂ ਵਸਤੂਆਂ ਨੂੰ ਸਹੀ ਥਾਂ ਤੇ ਭੇਜਣ ਵਿੱਚ ਦੇਰੀ ਹੋਈ ਹੈ ਅਤੇ ਇਸ ਦੇ ਨਾਲ ਹੀ ਡੀਸੀ ਲੁਧਿਆਣਾ ਸਰਬੇ ਮਲਕ ਨੇ ਹੋਰਨਾ ਮੁਲਾਇਮਾਨ ਉਬੇ ਹਦਾਇਤ ਜਾਰੀ ਕੀਤੇ ਆ ਇਨਾਂ ਹਾਲਾਤਾਂ ਵਿੱਚ ਸਭ ਤੋਂ ਪਹਿਲਾਂ ਕੰਮ ਲੋਕਾਂ ਦੇ ਜਾਨ ਮਾਲ ਦੀ ਰਾਖੀ ਕਰਨਾ ਤੇ ਉਹਨਾਂ ਦਾ ਕਹਿਣਾ ਕਿ ਡਿਊਟੀ ਦੇ ਵਿੱਚ ਅਣਗਹਿਲੀ ਕਰਨ ਵਾਲੇ ਨੂੰ ਬਖਸ਼ਿਆ ਨਹੀਂ ਜਾਵੇਗਾ ਉਧਰ ਸਤਲੋਜ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ ਉੱਪਰ ਹੈ ਚਲਾ ਗਿਆ ਤੇ ਇਸੇ ਕਾਰਨ ਸਮਰਾਲਾ ਤੇ ਮਾਚੀਬੜਾ ਸਹਿਬੇਚਾ ਪਾਣੀ ਦੇ ਨਾਲ ਹਜ਼ਾਰਾਂ ਏਕੜ ਫਸਲ ਬਰਬਾਦ ਹੋ ਗਈ ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ ਅਗਲੇ 4 ਤੋਂ 5 ਦਿਨਾਂ ਤੱਕ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਹੋਵੇਗੀ ਭਾਰੀ ਬਾਰਿਸ਼ ਜ येलो ਅਲਰਟ ਜਾਰੀ ਤਾਂ ਉਸ ਤੋਂ ਪਹਾੜਾਂ ਦੇ ਵਿੱਚ ਹੋ ਰਹੀ ਭਾਰੀ ਬਾਰਿਸ਼ ਕਾਰਨ ਜਿੱਥੇ ਪੰਜਾਬ ਦੇ ਵਿੱਚ ਪਿਛਲੇ 3 ਦਿਨਾਂ ਤੋਂ ਬਾਰਿਸ਼ ਹੋ ਰਹੀ ਹੈ ਤੇ ਉੱਤੇ ਹੀ ਮੌਸਮ ਵਿਭਾਗ ਨੇ ਅਗਲੇ 4 ਤੋਂ 5 ਦਿਨਾਂ ਤੱਕ ਹਲਕੀ ਤੋਂ ਲੈ ਕੇ ਦਰਮਿਆਨੀ ਬਾਰਿਸ਼ ਦੀ ਚੇਤਾਵਨੀ ਜਾਰੀ ਕਰ ਦਿੱਤੀ ਹੈ ਇਸ ਤੋਂ ਇਲਾਵਾ ਲੁਧਿਆਣਾ ਦੇ ਵਿੱਚ ਬਰਸ ਤੋਂ ਬਾਅਦ ਤਾਪਮਾਨ ਵਿੱਚ ਗਰਾਵਟ ਨੇ ਪਿਛਲੇ ਕਰੀਬ 52 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਮੌਸਮਾਂ ਵਿਭਾਗ ਦੇ ਮੁਖੀ ਪਵਨੀਤ ਕੌਰ ਅਕਿੰਗਰਨ ਦੱਸਿਆ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਮੌਨਸੂਨ ਕਾਫੀ ਸਰਗਰਮ ਹੈ ਅਤੇ ਅਗਲੇ 4 ਤੋਂ 5 ਦਿਨਾਂ ਤੱਕ ਸਵੇਰੇ ਵੱਖ-ਵੱਖ ਹਿੱਸਿਆਂ ਵਿੱਚ ਹਲਕੀ ਤੋਂ ਲੈ ਕੇ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ ਅਤੇ ਉਨ੍ਹਾਂ ਇਸ ਮੀਂਹੋਂ ਫਸਲਾਂ ਦੇ ਲਈ ਨੁਕਸਾਨਦਾਇਕ ਕ ਵੀ ਦੱਸਿਆ ਹੈ ਹਾੜਾ ਪੀੜਤਾਾਂਦਲੇ ਸੁਖਬੀਰਾ ਬਾਦਲ ਨੇ ਮੁਆਵਜ਼ੇ ਦੇ ਕੀਤੇ ਮੰਗ ਸਰਕਾਰ ਨੂੰ ਕਿਹਾ 5-5 ਲੱਖ ਰੁਪਏ ਦਿਓ ਤਾਂ ਦੋਸਤੋ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰਾ ਸਿੰਘ ਬਾਦਲ ਨੇ ਕੱਲ ਮੰਗ ਕੀਤੀ ਸੀ ਕਿ ਭਾਰੀ ਬਰਸਾਤਾਂ ਤੇ ਹਾੜਾਂ ਦੇ ਕਾਰਨ ਜਿਨ੍ਹਾਂ ਦੇ ਕਾਰਨ ਨੁਕਸਾਨੇ ਗਏ ਹਨ ਤੇ ਉਹਨਾਂ ਨੂੰ 5-5 ਲੱਖ ਰੁਪਏ ਦਿੱਤਾ ਜਾਵੇ ਅਤੇ ਉਹਨਾਂ ਦਾ ਅੱਗੇ ਇਹ ਵੀ ਕਹਿਣਾ ਕਿ ਕਿਸਾਨਾਂ ਦੇ ਲਈ ਵੀ 25000 ਰੁਪਏ ਪ੍ਰਤੀ ਏਕੜ ਅਡਵਾਂਸ ਮੁਆਵਜ਼ੇ ਦੀ ਮੰਗ ਕੀਤੀ ਹੈ ਜਿਨ੍ਹਾਂ ਦੀਆਂ ਫਸਲਾਂ ਤਬਾਹ ਹੋ ਗੰਗਾ ਤੇ ਉਹਨਾਂ ਨੇ ਇਹ ਵੀ ਮੰਗ ਕੀਤੀ ਹੈ ਕਿ ਫਸਲਾਂ ਦੇ ਹੋਏ ਨੁਕਸਾਨ ਵਾਸਤੇ ਗਰਦਾਵਰੀ ਕਰਵਾਈ ਜਾਵੇ ਭਾਰੀ ਬਰਸਾਤ ਦੇ ਕਾਰਨ ਲੋਕਾਂ ਦੀ ਹੋਈ ਤਬਾਹੀ ਤੇ ਅਫਸੋਸ ਪ੍ਰਗਟ ਜ਼ਾਹਿਰ ਕਰਦਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਹੈ ਕਿ ਇਹ ਬਹੁਤ ਹੀ ਨਿੰਦਨਯੋਗ ਗੱਲ ਹੈ ਕਿ ਆਪ ਸਰਕਾਰ ਸੁੱਤੀ ਰਹਿ ਗਈ ਤੇ ਲੋਕਾਂ ਨੂੰ ਉਹਨਾਂ ਦੇ ਹਾਲਤੇ ਛੱਡ ਦਿੱਤਾ ਗਿਆ ਤੇ ਉਹਨਾਂ ਦਾ ਕਹਿਣਾ ਹੈ ਕਿ ਇਹ ਬਹੁਤ ਹੀ ਮੰਦ ਭਾਗੀ ਗੱਲ ਹੈ ਕਿ ਮੁਸੀਬਤਾਂ ਦੇ ਵਿੱਚ ਫਸੇ ਲੋਕਾਂ ਦੀ ਮਦਦ ਵਾਸਤੇ ਕੋਈ ਐਮਰਜੈਂਸੀ ਨੰਬਰ ਜਾਰੀ ਨਹੀਂ ਕੀਤੇ ਗਏ ਜੋ ਕਿ ਤੁਰੰਤ ਜਾਰੀ ਕੀਤੇ ਜਾਣੇ ਚਾਹੀਦੇ ਹਨ ਤੇ ਉਹਨਾਂ ਨੇ ਇਹ ਵੀ ਮੰਗ ਕੀਤਾ ਕਿ ਹੜ੍ਹਾਂ ਦੇ ਨਾਲ ਪ੍ਰਭਾਵਿਤ ਪਿੰਡਾਂ ਦੇ ਵਿੱਚ ਦੁੱਧਾਰੂ ਪਸ਼ੂਆਂ ਵਾਸਤੇ ਚਾਰਾ ਭੇਜਣ ਦਾ ਪ੍ਰਬੰਧ ਕੀਤਾ ਜਾਵੇ ਤੇ ਨਾਲ ਹੀ ਬਿਮਾਰੀ ਦੇ ਪ੍ਰਸਾਰ ਨੂੰ ਰੋਕਣ ਵਾਸਤੇ ਮੈਡੀਕਲ ਟੀਮਾਂ ਲਗਾਈਆਂ ਜਾਣ